ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਆਏ ਸੀ ਅੱਜ ਪਿੰਡ ਬੋਹਾ ਬੜੈਚ ਫਾਰਮ ਤੇ ਤੇ ਅੰਕਲ ਜੀ ਨਾਲ ਤੁਹਾਨੂੰ ਮਿਲਿਆਉਣਾ ਸਤਨਾਮ ਸਿੰਘ ਜੀ ਬੜੈਚ ਸਾਹਿਬ ਨਾਲ ਤੇ ਉਹਨਾਂ ਦੇ ਬੇਟੇ ਨਾਲ ਤੇ ਸਾਰੀ ਟੀਮ ਨਾਲ ਉਹਨਾਂ ਦੀ ਨਾਲ ਅੱਜ ਆਪਾਂ ਦਿਖਾਉਣਾ ਹੈ ਸੋ ਉਹਨਾਂ ਦੇ ਫਾਰਮ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਬਰਦਰ ਚੰਦ ਵਾਲਿਆਂ ਦਾ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਬਹੁਤ-ਬਹੁਤ ਧੰਨਵਾਦ ਜੀ ਆਓ ਆਪਾਂ ਦਿਖਾਉਣੀ ਹੈ ਫਾਰਮ ਬਾਰੇ ਇਹ ਮੇਲਾ ਜੀ ਉਹ ਫੀਮੇਲ ਨੇ ਪਿੰਜਰੇ ਦੇ ਉਹ ਮੇਲ ਨੇ ਫਿਰ ਤਾਂ ਚੰਗਾ ਜੀ ਪਿੰਜਰੇ ਜੀ ਦੇ ਦ ਇਹ ਮੈਕਸੀਕਨ ਡੱਕ ਜੀ ਮੈਕਸੀਕਨ ਡੱਕ ਜੀ ਓਕੇ ਮੈਕਸੀਕਨ ਡੱਕ ਹੈ ਜੀ ਇਹਨੂੰ ਖਾਤੀ ਕਹਿੰਦੇ ਆ ਓਕੇ ਇਹ ਕਿੰਨੇ ਚਿਰ ਦੀ ਹੈ ਇਹ ਤਾਂ 7 8ਵੀਂ ਲੰਨੀਆਂ ਨੇ ਬਚੀਆਂ ਇਹ ਥੋੜਾ ਜਿਹਾ ਵੱਡਾ ਹੈ ਇਹ ਪਹਿਲਾਂ ਹੁੰਦਾ ਸਾਡੇ ਕੋਲ ਇਹ ਕਿੱਥੋਂ ਲੈਂਦੇ ਸੀ ਫਿਰ ਭਾਈ ਇਹ ਗੁਰਦਾਸਪੁਰ ਤੋਂ ਜੀ ਇਹ ਦੋੜਾ ਲੈਂਦਾ ਸੀ ਬਾਰਡਰ ਤੇ ਸੀਗਾ ਪਿੰਡ ਉਹ ਕਿੰਨੇ ਦੇ ਲੈਂਦੇ ਸੀ ਕੀ ਉਦੋਂ ਮੈਂ 8000 ਤਾਂ ਫੇਰ ਲਿਆ ਸੀ ਜੀ 4-5 ਸਾਲ ਪਹਿਲਾਂ ਹੁਣ ਤਾਂ ਕਾਫੀ ਹੋ ਗਈਆਂ ਉਹ ਆਪਣੇ ਮੁੰਡੇ ਮੁੰਡੀਆਂ ਤੇ ਵੀ ਆਉਣੀਆਂ ਪਹਿਲਾਂ ਨਹੀਂ ਸਿਉਆਂੀਆਂ ਇਹ ਇਹਨਾਂ ਮਲਟੀਪਲ ਫਾਰਮਿੰਗ ਕਰਦੇ ਨੇ ਤੇ ਆਪਾਂ ਆਜੋ ਪੁੱਛਦੇ ਹਾਂ ਅੰਕਲ ਜੀ ਹੋਰਾਂ ਸਾਰ ਬੱਕਰੀਆਂ ਦਾ ਫਾਰਮ ਬਾਰੇ ਪਹਿਲਾਂ ਉਹਦੇ ਬਾਰੇ ਜਾਣਕਾਰੀ ਲੈ ਲੈਂਦੇ ਆਂ ਫਿਰ ਆਪਾਂ ਮੱਝਾਂ ਬਾਰੇ ਪੁੱਛਾਂਗੇ ਗਾਈਆਂ ਬਾਰੇ ਉਸ ਤੋਂ ਬਾਅਦ ਆਪਾਂ ਘੋੜਿਆਂ ਬਾਰੇ ਇਹਨਾਂ ਕੋਲੇ ਪੰਛੀ ਵੀ ਰੱਖੇ ਹੋਏ ਨੇ ਇਹ ਕਿਵੇਂ ਸ਼ੌਕ ਪਿਆਈ ਫਿਰ ਆਪਾਂ ਬੱਕਰੀਆਂ ਦਾ ਇਹ ਬਸ ਜੀ ਪਹਿਲਾਂ ਅਸੀਂ ਬਰਬਰੀ ਤੋਂ ਸ਼ੁਰੂ ਕੀਤਾ ਸੀਗਾ ਇੱਕ ਦਾ ਤੇ ਇਹ ਕੀਤਾ ਸੀਗਾ 5 ਸਾਲ ਪਹਿਲਾਂ 5 ਸਾਲ ਪਹਿਲਾਂ ਹਾਂ ਜੀ ਜੀ ਫੇਰ ਉਹ ਛੜਤਾ ਪਿਗ ਨੂੰ ਪਾਣੀ ਨਹੀਂ ਸੂਟ ਕੀਤਾ। ਬਰਬਰੀ ਦਾ ਥੋੜਾ ਜਿਹਾ weight ਘੱਟ ਹੁੰਦਾ ਸੀ। ਉਸ ਤੋਂ ਬਾਅਦ ਚ ਆਪਾਂ ਹੁਣੇ 2 ਸਾਲ ਹੋ ਗਏ ਬੀਟਲ ਦਾ ਸਟਾਰਟ ਕੀਤਾ ਜੀ। ਸਾਰੀਆਂ ਬੀਟਲ ਦੀਆਂ ਆਪਣੇ ਸਾਰੇ ਬੀਟਲ ਆ ਜੀ। ਓਕੇ ਪਿਓਰ ਬੀਟਲ ਨੇ ਜੀ 37 38 39 ਇੰਚ ਹਾਈਟ ਇਹਨਾਂ ਦੀ ਜੀ ਇਹ ਫਿਰ ਕਿੱਥੋਂ ਪਰਚੇਸ ਕੀਤੀਆਂ ਸੀ ਆਪਾਂ ਜੀ? ਇਹ ਮੈਂ ਮੰਡੀਆਂ ਤੋਂ ਹੀ ਪਰਚੇਸ ਕੀਤੀਆਂ ਤੋਂਗ ਵਾਲੀ ਤੋਂ। ਜੀ ਕੋਸ਼ਾ ਲੋਂਗੋ ਵਾਲ ਤੋਂ ਕੀਤੀਆਂ ਜੀ। ਲੋਂਗੋ ਵਾਲ ਪੰਜਾਬ ਚ। ਲੋਂਗੋ ਵਾਲ ਪੰਜਾਬ ਸੰਗਰੂਰ ਤੋਂ ਜੀ। ਠੀਕ ਹੈ ਸੰਗਰੂਰ ਜਿਹੜੇ ਸੀ। ਹਾਂ ਜੀ। ਤੁਸੀਂ ਜਿਹੜੀ ਇਹਦੀ ਸੇਲ ਵਗੈਰਾ ਕਰਦੇ ਹੋ ਇੱਥੇ ਹੀ ਕਰਦੇ ਆਂ ਫਾਰਮ ਤੇ ਉਹ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਬਰੀਡ ਮੁਤਾਬਕ ਇੱਥੋਂ ਸੇਲ ਹੋ ਜਾਂਦੇ ਆ ਓਕੇ ਜੀ ਇਹਨੂੰ ਆਪਣੇ ਘਰਾਂ ਦੇ ਵਿੱਚ ਵੀ ਬਰਕਤ ਲਿਖਿਆ ਇਹਦਾ ਨਾਮ ਪੁਰਾਣੇ ਜਿਹੜੇ ਰਾਜੇ ਮਹਾਰਾਜੇ ਉਹ ਵੀ ਨਾਂ ਰੱਖਦੇ ਰਹੇ ਆ ਜੀ ਬੱਕਰੀਆਂ ਜੀ ਬੱਕਰੀਆਂ ਜੀ ਠੀਕ ਹੈ ਇਹ ਸਿਰ ਰਾਜਸਥਾਨ ਚ ਹੁਣ ਵੀ ਬਹੁਤ ਨੇ ਜੀ ਨਹੀਂ ਉਦੋਂ ਤਾਂ ਬਰੀਡ ਦਾ ਬਰਬਰੀ ਵੀ ਸੀ ਉਹਨਾਂ ਕੋਲੇ ਦੂਸਰੀਆਂ ਵੀ ਸੀਗੀਆਂ ਜੀ ਜੀ ਹੁਣ ਜਿਹੜੀ ਚੱਲ ਰਹੀ ਆ ਪੰਜਾਬ ਚ ਉਹ ਬੀਟਲ ਦੀ ਜ਼ਿਆਦਾ ਚੱਲ ਰਹੀ ਆ ਹਾਂ ਹੁਣ ਪੰਜਾਬ ਚ ਹਾਂ ਜੀ ਇਹਨੂੰ ਏਟੀਐਮ ਕਹਿੰਦੇ ਆ ਜਦੋਂ ਵੀ ਤੁਹਾਨੂੰ ਲੋੜ ਹੈ ਸਹੀ ਗੱਲ ਹੈ ਜੀ ਸ਼ਾਮ ਨੂੰ ਵੇਚ ਦਿਓ ਤੇ ਪੈਸੇ ਤੁਹਾਡੀ ਜੇਬ ਵਿੱਚ ਨੇ ਚੱਲਦਾ ਫਿਰਦਾ ਆਈਡੀਆ ਮਤਲਬ ਚੱਲਦਾ ਫਿਰਦਾ ਆਈਟੀਐਮ ਆ ਜੀ ਕਿੰਨੇ ਕ ਪੈਸੇ ਦੀ ਆਪਾਂ ਲੋੜ ਆ ਉਹਨਾਂ ਕ ਆਪਾਂ ਕਰ ਸਕਦੇ ਹਾਂ ਉਹਨਾਂ ਕਰ ਸਕਦੇ ਆ ਜੀ ਤੇ ਫਿਰ ਜਿਹੜਾ ਇਹਨਾਂ ਪਿਕ ਫਾਰਮ ਕੀਤਾ ਸੀ ਉਹ ਕਿ ਕੀ ਗਰੀਜ਼ਨ ਬਣੇ ਪਿਕ ਫਾਰਮ ਨੂੰ ਪਾਣੀ ਨਹੀਂ ਸੂਟ ਕੀਤਾ ਜੀ ਉਹਨਾਂ ਨੂੰ ਸਕਿਨ ਤੇ ਅਲਰਜੀ ਹੋ ਜਾਂਦੀ ਸੀਗੀ ਉਸ ਕਰਕੇ ਸਭ ਛੱਡਣੇ ਪੈ ਗਏ ਸੀ ਉਸ ਤੋਂ ਬਾਅਦ ਕੁਝ ਤਾਂ ਉਹਨਾਂ ਦੀ ਸੇਲ ਦੀ ਵੀ ਦਿੱਕਤ ਆਉਂਦੀ ਸੀ ਲੋਕਾਂ ਨੂੰ ਸੇਲ ਦੀ ਤਾਂ ਚਲੋ ਆਉਂਦੀ ਵੀ ਸੀਗੀ ਸਾਡੇ ਪਾਣੀ ਨਾਲ ਸੂਟ ਕਰਨ ਕਰਕੇ ਜੀ ਉਦਾਰ ਇੱਕ ਇਥੇ ਆਪਣੇ ਰੈਸਟੋਰੈਂਟ ਵਗੈਰਾ ਹੈ ਨਹੀਂ ਸੀ ਜਿਹੜੀ ਵੇਸਟੇਜ ਤੇ ਉਹ ਲੋਕ ਪਾਲਦੇ ਨੇ ਉਹਨਾਂ ਨੂੰ ਖਰਚ ਘੱਟ ਪੈਂਦਾ ਹਾਂ ਉਹ ਵੀ ਫਿਰ ਉਹ ਬੰਦ ਕਰਤਾ ਸੀਗਾ ਜੀ ਫਿਰ ਬੱਕਰੀਆਂ ਦਾ ਮੱਝਾਂ ਦਾ ਗਾਵਾਂ ਦਾ ਇਹ ਫਾਰਮ ਆ ਜੀ ਮੇਰੇ ਕੋਲ ਨੀਲੀ ਦੀਆਂ ਮੱਝਾਂ ਵੀ ਨੇ ਐਚ ਐਫ ਗਾਵਾਂ ਨੇ ਜਰਸੀ ਗਾਵਾਂ ਨੇ ਜੀ ਜਿਹਦਾ 2.5 ਕੁ ਕਵਾਂਟਲ ਦੁੱਧ ਅਸੀਂ ਰੋਜ਼ ਸੇਲ ਕਰਦੇ ਹਾਂ ਸੇਲ ਇੱਥੇ ਕਰਦੇ ਦੁੱਧ ਹੀ ਸੇਲ ਇੱਥੋਂ ਸਾਰੇ ਹੀ ਹਾਂਜੀ ਕੋਈ ਤੇ ਪ੍ਰੋਡਕਟ ਵਗੈਰਾ ਬਣਾ ਕੇ ਸੇਲ ਕਰਦੇ ਹਾਂ ਜਾਂ ਆਨਲਾਈਨ ਵੀ ਕਰਦੇ ਹਾਂ ਹਜੇ ਸੋਚਿਆ ਹੈ ਪ੍ਰੋਡਕਟ ਬਣਾਉਣ ਦਾ ਵੈਸੇ ਤਾਂ ਸੀ ਮਤਲਬ 6 ਦੁੱਧੀ ਸੇਲ ਕਰਦੇ ਆ ਜੀ 60 ਰੁਪਏ ਲੱਗਦਾ ਮੇਰਾ ਮੱਜਾਂ ਤੇ ਗਾਂਜਾਂ ਦਾ ਮਿਕਸ ਮੱਜਾਂ ਤੇ ਗਾਂਵਾਂ ਦਾ ਮਿਕਸ ਜੀ ਓਕੇ ਇਹ ਫਿਰ ਤੁਸੀਂ ਕਿੰਨੇ ਤੋਂ ਕਰ ਰਹੇ ਹੋ ਇਹ ਕੰਮ ਕਰ ਰਹੇ ਹੋ ਪਹਿਲਾਂ ਮੈਂ 87 ਤੋਂ ਸ਼ੁਰੂ ਕੀਤਾ ਸੀਗਾ ਜੀ 1987 ਤੋਂ ਜੀ 1987 ਤੋਂ ਓਕੇ ਫਿਰ ਵਿੱਚ ਛੱਡਤਾ ਸੀਗਾ ਬੱਚਿਆਂ ਦੀ ਸਟੱਡੀ ਕਰਕੇ ਜੀ ਇਹ ਬੇਟੇ ਦੀ ਪੜ੍ਹਾਈ ਸਾਰੀ ਦੇਹੜਾ ਦੂੰਦੀ ਆ ਜੀ ਬੇਟੀਆਂ ਦੀ ਚੰਡੀ ਗੜਦੀ ਆ ਉਦੋਂ ਕੁਝ ਟਾਈਮ ਲਈ ਉੱਥੇ ਮੈਂ ਸ਼ਿਫਟ ਹੋ ਗਿਆ ਸੀਗਾ ਮਹਾਲੀ ਮਹਾਲੀ ਹਾਂਜੀ ਜੀ ਹੁਣ ਫਿਰ ਬੇਟਾ ਕੀ ਕਰ ਰਿਹਾ ਜੀ ਹੁਣ ਬੇਟਾ ਸਟੱਡੀ ਕਰ ਰਿਹਾ ਹੈ ਸਟੱਡੀ ਕਰ ਰਿਹਾ ਹੈ ਨਾਲ ਹੀ ਇਹ ਸਾਰਾ ਕਾਰੋਗਾਰ ਦੇਖਦਾ ਹੁਣ ਓਕੇ ਇਹਨਾਂ ਨੂੰ ਸ਼ੌਂਕ ਹੈ ਫਿਰ ਜ਼ਿਆਦਾ ਹੋਣਾ ਹਾਂਜੀ ਇਸ ਪਾਸੇ ਘੋੜੀਆਂ ਵਾਲੇ ਪਾਸੇ ਵੀ ਇਹੀ ਲੈ ਕੇ ਆਏ ਨੇ ਹਾਂਜੀ ਚਲੋ ਵਧੀਆ ਗੱਲ ਹੈ ਸ਼ਰ ਜੇ ਚਾਹੀਦੀ ਨਹੀਂ ਆ ਬਿਆਪਾ ਨੂੰ ਜ਼ਰੂਰੀ ਹੈ ਜੀ ਹੋਰ ਆਪਣੇ ਕੋਲੇ ਹਸਕੀ ਕੁੱਤੇ ਵੀ ਨੇ ਜੀ ਓਕੇ ਗੱਡੀ ਵੀ ਨੇ ਜੀ ਇੱਕ ਫੇਰ ਜੀ ਜਰਮਨ ਸ਼ੈਫਰਡ ਵੀ ਨੇ ਆਪਣੇ ਕਲਚਰ ਪੁਏਮ ਵੀ ਹੈਗੇ ਨੇ ਜੀ ਉਹ ਵੀ ਫਿਰ ਸੇਲ ਵਗੈਰਾ ਕਰਦੇ ਹੋ ਕਿ ਕੀ ਉਹਨਾਂ ਦੇ ਬੱਚੇ ਸੇਲ ਹੁੰਦੇ ਆ ਜੀ ਉਹਨਾਂ ਦੇ ਬੱਚੇ ਸੇਲ ਕਰਦੇ ਆ ਜੀ ਜਿਸ ਤਰ੍ਹਾਂ ਦੇਸੀ ਮੁਰਗੇ ਨੇ ਜੀ ਮੈਕਸੀਕਨ ਡੱਕ ਨੇ ਇੱਕ ਛੋਟੀਆਂ ਦੂਸਰੀਆਂ ਡੱਕ ਨੇ ਜੀ ਦੇਸੀ ਮੁਰਗੇ ਫਿਰ ਇਹ ਵੀ ਸੇਲ ਕਰਦੇ ਨੇ ਖਰਗੋਸ਼ ਨੇ ਜੀ ਹਾਂਜੀ ਦੇਸੀ ਮੁਰਗੇ ਸੇਲ ਕਰਦੇ ਨੇ ਇਹਨਾਂ ਦੇ ਆਂਡੇ ਵੀ ਸੇਲ ਕਰਦੇ ਇਹਨਾਂ ਦੇ ਆਂਡੇ ਘੱਟ ਸੇਲ ਕਰਦੇ ਆ ਵੈਸੇ ਮੀਟ ਕੋਲ ਵਾਸਤੇ ਇਹ ਆਮ ਜਿਹਾ ਦੀ ਸੇਲ ਹੋ ਜਾਂਦੀ ਹੈ ਮਹੰਗਾ ਸੇਲ ਹੁੰਦਾ ਜੀ ਓਕੇ ਓਕੇ ਦੇਸੀ ਮੁਰਗੇ ਦਾ ਹਾਂ ਰੇਟ ਤੋਂ ਵੱਧ ਹੈਗਾ ਜੀ ਦੇਸੀ ਮੁਰਗੇ ਇੱਧਰ ਰੱਖੇ ਹੋਏ ਆ ਫਿਰ ਦੇਸੀ ਮੁਰਗੇ ਤਾਂ ਇੱਧਰ ਰੱਖਦੇ ਆ ਜੀ ਖੋਲੋ ਜੀ ਮੁਰਗੇ ਵਾਲੇ ਇਹ ਫਿਰ ਸੇਲ ਦੇ ਮੀਟ ਦੇ ਸੇਲ ਦੇ ਪਰਪਸ ਵਾਸਤੇ ਹਾਂਜੀ ਮੀਟ ਦੇ ਸੇਲ ਦੇ ਪਰਪਸ ਵਾਸਤੇ ਜੀ ਓਕੇ ਇਹ ਅੰਡੇ ਵਗੈਰਾ ਨਹੀਂ ਸੇਲ ਕਰਦੇ ਨਹੀਂ ਅੰਡੇ ਨਹੀਂ ਜੀ ਅੰਡੇ ਸਗੋਂ ਆਪਣੇ ਇੱਥੇ ਫਾਰਮ 'ਤੇ ਯੂਸਲੀ ਰੱਖੀਦਾ ਜਿੱਦਾਂ ਆਪਾਂ ਕੁੱਤਿਆਂ ਨੂੰ ਬਹੁਤ ਪ੍ਰੋਟੀਨ ਹੁੰਦਾ ਜੀ ਅੰਡੇ 'ਚ ਹਾਂ ਹਾਂ ਤੇ ਤੁਹਾਨੂੰ ਸਾਰਾ ਟਰਾਈ ਕਰਦੇ ਆਪਾਂ ਜ਼ਿਆਦਾਤਰ ਇਹਨਾਂ ਦੇ ਮਤਲਬ ਕਿ ਸੇਲ ਚਿਕਨ ਵਸਤੀ ਕਰਦੇ ਜੀ ਈਟ ਵਸਤੀ ਜਿਹੜੀ ਗਾਹਾਂ ਅੱਗੇ ਤੁਸੀਂ ਐਚਟੀ ਵਗੈਰਾ ਜਿਹੜਾ ਤਿਆਰ ਕਰਦੇ ਹੋ ਹਾਂਜੀ ਤੇ ਉਹ ਫਿਰ ਇਹਨਾਂ ਦੇ ਆਪ ਅੰਡੇ ਤਿਆਰ ਕਰਦੇ ਇਹਨਾਂ ਦੇ ਆਪ ਦੇ ਅੰਡੇ ਤੋਂ ਜੀ ਉਹ ਮਸ਼ੀਨਸ ਨਹੀਂ ਗੀਆਂ ਬਣਾ ਕੇ ਰੱਖੀਆਂ ਹੋਈਆਂ ਜੀ ਕੁਛ ਤਾਂ ਆਪ ਬਹਿ ਜਾਂਦੀਆਂ ਨੇ ਕੁਛ ਜਿਹੀ ਮਸਲੀਂਸ ਕਰਦੇ ਆ ਮਸ਼ੀਨਾਂ ਵੀ ਰੱਖੀਆਂ ਹੋਈਆਂ ਮਸ਼ੀਨਾਂ ਵੀ ਆਉਂਦੀਆਂ ਉਹ ਇਹਨਾਂ ਤੋਂ ਜਿਹੜੇ ਇਹਨਾਂ ਦੇ ਅੰਡੇ ਹੁੰਦੇ ਉਹ ਘਰੇ ਰੱਖੇ ਮਸ਼ੀਨਾਂ ਦੀ ਹਾਂਜੀ ਹਾਂਜੀ ਉਹ ਘਰੇ ਜੀ ਇੱਕ ਮਸ਼ੀਨ ਆਪਣੇ ਕੋਲ ਛੋਟੀ ਉਹਨਾਂ ਨੇ ਕਰਦੇ ਹਾਂ ਹਾਂਜੀ ਉੱਥੇ ਫਿਰ ਬਈ ਇੱਕ ਵਾਰੀ ਚ ਕਿੰਨੇ ਅੰਡੇ ਨਿਕਲੇ ਧਰ ਦਿਆਂ ਉਹ ਅੰਡਾ ਹੈਗਾ ਜੀ 250 ਮਸ਼ੀਨ ਦਾ 250 ਅੰਡਾ ਹੁੰਦਾ ਮਸ਼ੀਨ ਚ ਕਿੱਚ ਲੱਗ ਜਾਂਦਾ ਜੀ ਹਾਂਜੀ ਉਹਦੀ ਕੀ ਰੇਸ਼ੋ ਕਿੰਨੀ ਸਕਸੈਸਫੁਲ ਰੇਸ਼ੋ ਆ ਜੀ ਸਕਸੈਸਫੁਲ ਮੈਂ ਕਹੂੰਗਾ ਜੀ 70% ਹੈਗੀ ਹੈ ਜੀ 70 70 ਤੋਂ 75 ਹਾਂਜੀ ਓਕੇ ਇਹ ਫਿਰ ਜ਼ਿਆਦਾਤਰ ਹੁਣ ਸੇਲ ਕਰਤੇ ਹਨ ਜ਼ਿਆਦਾ ਸੇਲ ਕਰਤੇ ਜੀ ਉਹਦਾ ਥੋੜਾ ਜਿਹਾ ਸਟਾਕ ਰਹਿ ਗਿਆ ਹੁਣ ਹਾਂਜੀ ਆ ਫਿਰ ਹੁਣ ਅੱਗੇ ਗਰਮੀਆਂ ਆਉਣ ਕਰਕੇ ਗਰਮੀਆਂ ਵਾਸਤੇ ਬਾਕੀ ਅੱਗੇ ਜਿਹੜੇ ਫੈਸਟੀਵਲ ਆਉਣਗੇ ਜੀ ਉਹਦੇ ਲਈ ਹੁਣ ਇਸ ਟਾਈਮ ਚੱਲ ਰਿਹਾ ਮਾਰਚ ਦਾ ਜੀ ਇਹ ਨਾ ਤਾਂ ਬਹੁਤੀ ਜ਼ਿਆਦਾ ਮਤਲਬ ਲੈ ਲੋ ਗਰਮੀਆਂ ਦੀ ਨਾ ਬਹੁਤੀ ਜ਼ਿਆਦਾ ਠੰਡੇ AC ਟੂਚਾ ਤਿਆਰ ਹੁੰਦਾ ਜੀ ਜਿੰਨਾ ਹਾਂ ਹੁਣ ਆਪਾਂ ਚੂਜਾ ਪਾਵਾਂਗੇ ਸਾਰਾ ਨਵਾਂ ਜੀ ਓਕੇ ਹਾਂਜੀ ਨਹੀਂ ਆਪਦੇ ਆਪ ਹੀ ਤਿਆਰ ਕਰਕੇ ਪਾਉਂਗੇ ਜਾਂ ਵੈਸੇ ਵੀ ਲੈ ਕੇ ਚੀਜ਼ ਕੇ ਪਾਉਂਦੇ ਨਹੀਂ ਆਪਣੇ ਆਪ ਦੇ ਜੀ ਹੁਣ ਆਪਾਂ H3 ਚ ਆਪਾਂ ਐਕਸ ਲਾਵਾਂਗੇ ਜੀ ਉਹ ਐਕਸ ਟ ਬੱਚੇ ਕਢਾ ਕੇ ਫਿਰ ਆਪਾਂ ਫੋਲੋ ਕਰਾਂਗੇ ਓਕੇ ਓਕੇ ਹਾਂਜੀ ਉੱਜਾ ਤਾਂ ਡਿਮਾਂਡ ਹੈ ਮ ਕੁਝ ਾਂਡੇ ਲੱਗੇ ਕੁਝ ਾਂਡੇ ਪਰ ਹੋਰ ਲੈ ਕੇ ਹਾਂਜੀ 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 ਇਧਰ ਕੀ ਰੱਖਿਆ ਹੈ ਇਧਰ ਚਿਕੋਰਾ ਨੇ ਜੀ ਚਿਕੋਰਾ ਪਰ ਬੋਲ ਠੀਕੋਰਾ ਪਰ ਬੋਲ ਇਹ ਸਪੀਡ ਤੇ ਪਰ ਪਹਿਲੀ ਸੇਲ ਕਰਦੇ ਹੋ ਨਹੀਂ ਇਹ ਵੈਸੇ ਫੈਂਸੀ ਮਤਲਬ ਫਾਰਮ ਤੇ ਰੱਖਣ ਦੀ ਜੀ ਫੈਂਸੀ ਬਰਡਸ ਆਲੇ ਸ਼ੌਕ ਦੇ ਲਈ ਆਹਨ ਰੱਖਿਓ ਇਹਨੇ ਇਹ ਚਿਕੋਰਾ ਆ ਗਿਆ ਜੀ ਬਸ ਭੱਜਣੀਆਂ ਇਹਨਾਂ ਦੇ ਫਿਰ ਸੇਲ ਉਹ ਕਰਦੇ ਹੋ ਅਨਡੂੰਡੈਂਸ ਲੈ ਕੇ ਆਪ ਹੀ ਇੱਥੇ ਹੀ ਧਰਦੇ ਹੋ ਹਾਂਜੀ ਹਾਂਜੀ ਇਹ ਤਾਂ ਆਪ ਬਹਿ ਜਾਂਦੀਆਂ ਨੇ ਜੀ ਆਪ ਖੁਦ ਹੀ ਨੇਚਰਲ ਪ੍ਰੋਸੈਸ ਨਾਲ ਹੀ ਕੱਢ ਲੈਂਦੀਆਂ ਜੀ ਕਿੰਨੇ ਾਂਡੇ ਦੇੰਤ ਬਾਅਦ ਇਹ ਫਿਰ ਸੇਵਾ ਮੰਗਦੀ ਾਂਡੇ ਇਹ ਲਾਲੂ ਵੀ ਦੇ ਦਿੰਦੀ ਆ ਜੀ ਖਟੁਖੜ 25 ਅੱਛਾ 20 25 20 25 15 20 25 ਹਾਂਜੀ ਦੋਸਤੋ ਸੋਨ ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਦੱਸ ਦਿਆਂ ਕਿ ਅੰਕਲ ਜੀ ਕੋਲ ਜਿੰਨੇ ਵੀ ਬੰਦੇ ਫਾਰਮ ਤੇ ਇਥੇ ਮੈਨੇਜਮੈਂਟ ਦਾ ਕੰਮ ਕਰਦੇ ਆ ਨਾ ਉਹ ਬਹੁਤ ਲੌਂਗ ਟਾਈਮ ਤੋਂ ਚੱਲਦੇ ਆ ਜਿੱਥੋਂ ਕਿ ਅੰਕਲ ਜੀ ਹੋਰਾਂ ਦਾ ਵੀ ਇਹ ਸਿਬਲ ਸਕੋਰ ਪਤਾ ਲੱਗਦਾ ਹੁੰਦਾ ਬੰਦੇ ਦਾ ਕਹਿੰਦੇ ਵੀ ਜੇ ਬੰਦੇ ਨਾਲ ਇੱਕ ਬੰਦਾ 20 ਜਾਂ 25 ਸਾਲ ਲਾਉਂਦਾ ਹੈ ਤਾਂ ਤੁਸੀਂ ਆਪ ਸੋਚ ਸਕਦੇ ਹੋ ਵੀ ਅੱਜ ਦੇ ਯੁੱਗ 'ਚ ਉਹ ਕਿੰਨਾ ਮਹਾਨ ਬੰਦਾ ਹੋਊ ਜਿਹਦੀ ਬੋਲ ਚਾਲ ਕਿੱਦਾਂ ਦਾ ਉਹਦਾ ਸਾਰਾ ਬਿਹੇਵੀਅਰ ਜੀ ਇਹ ਡੇਰੀ ਦਾ ਹੀ ਸਾਰਾ ਦੇਖਦਾ ਜੀ 1991 ਤੋਂ ਸਾਡੇ ਨਾਲ ਆ ਜੀ ਇਹ 1991 ਤੋਂ 1991 ਤੋਂ ਜੇ ਛੋਟਾ ਜਿਹਾ ਹੁੰਦਾ ਸੀ ਕਿ 33 ਸਾਲ ਹੋ ਗਏ ਜੀ ਹਾਂ ਜੀ ਓਕੇ ਬਹੁਤ ਟਾਈਮ ਹੋ ਗਿਆ ਨਾ ਇਹ ਫੋਰਮੈਨ ਆ ਜੀ ਇਹਦੇ ਕੋਲ ਇਹਨਾਂ ਕੋਲ ਜ਼ਮੀਨ ਹਿੱਸੇ ਤੇ ਆ ਇਹ 2003 ਤੋਂ ਜੀ ਸਾਰੀ ਜ਼ਮੀਨ ਸੰਭਦੇ ਆ ਓਕੇ ਉਦੋਂ ਅੱਗੇ ਮੁੰਡਾ ਘੋੜੀਆਂ ਵਾਲਾ ਆ ਗਿਆ ਜੀ ਉਹ ਗੋਰਾ ਉਹ ਸਾਡੇ ਕੋਲ ਆਇਆ ਸੀਗਾ 2004 ਚ ਜੀ 20 ਸਾਲ ਉਹ ਗੱਡੀ ਡਰਾਈਵ ਕਰਦਾ ਜੀ ਓਕੇ ਪੱਪੂ ਨੂੰ ਆਏ ਨੂੰ ਹਜੇ ਥੋੜਾ ਟਾਈਮ ਹੀ ਹੋਇਆ ਹੈ ਪਰ ਜਿਹੜੀ ਘੋੜੇ ਦੀ ਦੇਖ ਰੱਖੇ ਨੇ 2 ਮਹੀਨਿਆਂ ਚ ਕੀਤੀ ਹੈ ਜੀ ਸਾਡਾ ਮਨ ਬਹੁਤ ਖੁਸ਼ ਹੈ ਕਿ ਆ ਜਿਹੜਾ ਉਰਲਾ ਘੋੜਾ ਮਾਰਵਾੜੀ ਕਾਲਾ ਜਿਹੜਾ ਮਾਰਵਾੜੀ ਘੋੜਾ ਜੀ ਬਹੁਤ ਲੱ싸 ਸੀਗਾ ਇਹਨੇ ਹੀ ਦਿਨ ਰਾਤ ਮਾਲਿਸ਼ ਕਰਕੇ ਓਕੇ ਉਹਨੂੰ ਬਣਾਇਆ ਜੀ ਸਾਰੀ ਇਹਨਾਂ ਦੀ ਮਿਹਨਤ ਹੈ ਜੀ ਇਹ ਜੀ ਹਾਂ ਜੀ ਉਹ 81 ਦੇ ਵਿੱਚ ਆਇਆ ਸੀਗਾ ਹੁਣ ਸਾਰੇ ਹੀ ਦੇਖ ਰੱਖ ਫਾਰਮ ਦੀ ਜੀ ਓਕੇ ਓਹੀ ਕਰਦਾ ਬਹੁਤ ਟਾਈਮ ਹੋ ਗਈ ਹੈ ਹਾਂ ਜੀ ਹੁਣ ਲਾ 24 ਤੇ ਸਾਡੇ ਫਾਦਰ ਦੇ ਟਾਈਮ ਤੋਂ ਹੀ ਸੀ ਸਾਰੀ ਖੇਤੀ ਪਹਿਲਾਂ ਉਹ ਕਰਦਾ ਸੀਗਾ ਹਾਂ ਜੀ ਉਸ ਤੋਂ ਬਾਅਦ ਜਦੋਂ ਫੋਰਮੈਨ ਨੂੰ ਖੇਤੀ ਦਾ ਸੰਭਾਇਆ ਉਹ ਸਾਰਾ ਉਤਲਾ ਦੇਖਣ ਦੁਖਣ ਦਾ ਜੀ ਉਹਦਾ ਨਾਮ ਬਲਦੇਵਾ ਜੀ ਓਕੇ ਦੋਸਤੋ ਤੁਸੀਂ ਇਹ ਲਾਓ ਵੀ ਜਿੰਨੇ ਵੀ ਇੱਥੇ ਮੈਨੇਜਮੈਂਟ ਦਾ ਕੰਮ ਕਰਦੇ ਆ ਬਾਈ ਸਾਰਾ ਤੁਸੀਂ ਆਪ ਹੀ ਅੰਕਲ ਜੀ ਉਹਨਾਂ ਦਾ ਮੂੰਹ ਸੁਣੀ ਲਿਆ ਵੀ ਕਿੰਨਾ ਕਿੰਨਾ ਟਾਈਮ ਹੋ ਗਿਆ ਪਾਕਿਸਤਾਨ ਜੀ ਪਾਕਿਸਤਾਨ ਚ ਜੀ ਜੀ ਉੱਥੇ ਕਿਹੜੇ ਜ਼ਿਲ੍ਹੇ ਸੀ ਫਿਰ ਉੱਥੇ ਅਸੀਂ ਉਕਾੜੇ ਤਹਿਸੀਲ ਸੀ ਜੀ ਹੁਣ ਤਾਂ ਜ਼ਿਲ੍ਹਾ ਬਣ ਗਿਆ ਓਕੇ ਮਿੰਟ ਗੁੰਮਰੇ ਵੀ ਸਾਡੀ ਜ਼ਮੀਨ ਸੀ ਲਾਲਪੁਰ ਵੀ ਸਾਡੀ ਜ਼ਮੀਨ ਸੀਗੀ ਸਾਡੇ ਕੋਲ ਉੱਥੇ 25 ਮਰੱਬੇ ਜ਼ਮੀਨ ਸੀ ਜਿਹੜੇ ਸਾਡੇ ਪਰਦਾਦਾ ਜੀ ਉਹਨਾਂ ਨੇ ਉਧਰ ਖਰੀਦੀ ਸੀ ਜੀ ਜੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਇੱਥੇ ਆ ਗਏ ਸਭ ਤੋਂ ਪਹਿਲੀ ਅਲਾਟਮੈਂਟ ਸਾਨੂੰ ਪਿਰਥਲਾਲ ਲਲੋਧਾ ਹਰਿਆਣੇ ਜੀ ਪੂਨੇ ਦੇ ਕੋਲੇ ਉੱਥੇ ਹੋਈ ਇੱਥੇ ਕਿ ਨਹੀਂ ਹੋਈ ਸੀ ਫਿਰ ਇੱਥੋਂ ਅਲਾਟਮੈਂਟ ਕੈਂਸਲ ਕਰਾ ਕੇ ਮਮਦੂਤ ਦੇ ਕੋਲੇ ਫਲੋਜਪੁਰ ਚ ਕੜਮੇ ਪਿੰਡ ਦੇ ਵਿੱਚ ਸਾਨੂੰ ਅਲਾਟ ਹੋਈ ਸੀ ਜੀ ਉੱਥੇ ਸੇਮ ਹੋਣ ਦੇ ਕਾਰਨ ਫਿਰ ਸਾਡੇ ਬਜ਼ੁਰਗਾਂ ਨੇ ਇੱਧਰ ਜਿਤੋਂ ਕਿਤੇ ਚੱਕਰ-ਚੁੱਕਰ ਲਾਇਆ ਫਿਰ ਅਸੀਂ ਬੋਹਾ ਦੇ ਵਿੱਚ ਸਾਨੂੰ ਅਲਾਟਮੈਂਟ ਹੋਈ ਪੱਕੀ ਅਲਾਟਮੈਂਟ ਸਾਨੂੰ ਬੋਹਾ ਚ ਹੋਈ ਜੀ ਇੱਥੇ ਸਾਨੂੰ 350 ਕਿੱਲਾ ਜ਼ਮੀਨ ਅਲਾਟ ਹੋਈ ਸੀਗੀ ਜੀ ਜਿਹਦੇ ਸਾਡੇ ਫਾਦਰ ਉਹਨੇ 6 ਭਰਾ ਸੀ 3 ਭੈਣਾਂ ਸੀ ਜੀ ਜੀ ਹੌਲੀ ਹੌਲੀ ਕਰਦੇ ਆ ਹੁਣ ਵੱਡੀ ਭੀੜੇ ਚ ਤਾਂ ਸਾਡੇ ਪੂਆ ਜੀ ਦੋ ਪੂਆ ਜੀ ਰਹਿ ਗਏ ਉੱਥੇ ਉਨਾਂ ਤੋਂ ਕਰਦੇ ਆ ਕਰਦੇ ਆ ਸਾਨੂੰ ਸ਼ੌਕ ਸੀਗਾ ਜੀ ਘੋੜੇ ਕੁੜੀਆਂ ਰੱਖੰਦਾ ਮੈਂ ਇੱਥੇ ਰੱਖਦਾ ਰਿਆ ਸਾਡੇ ਫਾਦਰ 17 ਸਾਲ ਸਰਦਾਰ ਸੋਹਣ ਸਿੰਘ ਸਰਪੰਚ ਰਹੇ ਬੂਹਾ ਦੇ ਲਗਾਤਾਰ ਜੀ ਉਸ ਤੋਂ ਬਾਅਦ ਦੇ ਵਿੱਚ ਬੱਚੇ ਬਾਹਰ ਪੜਨ ਵਾਸਤੇ ਚਲੇ ਗਏ ਜੀ ਬੇਟੇ ਦੀ ਸਟੱਡੀ ਹੈਗੀ ਆ ਦੇਹਰਾਦੂਨ ਦੀ ਬੇਟੀਆਂ ਵਾਸਤੇ ਮੈਂ ਸਪੈਸ਼ਲ ਚੰਡੀਗੜ੍ਹ ਇੱਥੋਂ ਸਟੱਡੀ ਵਾਸਤੇ ਗਿਆ ਸੀਗਾ ਉੱਥੇ 10 ਸਾਲ ਸਟੱਡੀ ਦੇ ਕਰਕੇ ਫਿਰ ਉਹ ਵਾਪਸ ਆਗੀਆਂ ਵੱਡੀ ਬੇਟੀ ਬਾਹਰ ਸੈਟ ਆ ਜੀ ਕੈਨੇਡਾ ਜੀ ਉਹ ਦੂਸਰੀ ਫੈਮਿਲੀ ਵੀ ਸਾਰੀ ਬਾਹਰ ਹੀ ਐ ਛੋਟੀ ਬੇਟੀ ਦਾ ਮੈਂ ਰਿਸ਼ਤਾ ਕੀਤਾ ਜੀ ਅਮਰੋਟ ਉਹਨਾਂ ਕੋਲ ਦੋ ਸ਼ੈਲਰ ਤੇ ਅੱਧ ਦੀ ਦੁਕਾਨਾ ਐ ਉਹ ਬਾਈ ਜੀ ਮਿਲੇ ਸਾਨੂੰ ਸਾਥ ਹਾਂ ਜੀ ਮਨਪ੍ਰੀਤ ਭੁੱਲਰ ਜੀ ਹਾਂ ਜੀ ਬਿਲਕੁਲ ਉਹਨਾਂ ਨੂੰ ਵੀ ਕਾਫੀ ਸ਼ੌਕ ਆ ਬੇਟੇ ਨੂੰ ਕੁੜੀਆਂ ਕਹਾੜੀਆਂ ਦਾ ਜੀ ਉਹ ਵੀ ਫਿਰ ਸਾਡੇ ਕੋਲੇ ਰਹੇ ਉੱਥੇ ਤਲਵੰਡੀ ਜੀ ਏ ਬੇਟਾ ਜੀ ਇਹਦਾ ਸਤੌਜ ਮੈਰਿਜ ਕੀਤੀ ਓਕੇ ਉਹ ਬੇਟੀ ਦਾ ਨਾਮ ਰਮਨ ਚੈਰਾ ਜੀ ਸੀਐਮ ਦਾ ਪਿੰਡ ਜੀ ਹੈ ਹਾਂਜੀ ਸੀਐਮ ਦੇ ਪਿੰਡ ਜੀ ਠੀਕ ਹੈ ਤੇ ਉਹ ਵੀ ਬਸ ਸਾਡੀ ਬੇਟੀਆਂ ਨੂੰ ਵੱਧਾ ਹੈ ਜੀ ਸਾਡਾ ਬਹੁਤ ਜ਼ਿਆਦਾ ਕਰਦੀ ਹੈ ਆਏ ਗਏ ਨੂੰ ਹੱਸ ਕੇ ਮਿਲਣਾ ਸਾਰੇ ਕੰਮ ਸੱਸ ਸੱਸ ਕੇ ਕਰਨੇ ਘਰ ਦੇ ਜੀ ਇਹ ਉਹਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਜੀ ਸਾਡਾ ਪਰਿਵਾਰ ਮਤਲਬ ਬਹੁਤ ਖੁਸ਼ ਹਾਂ ਸੀ ਆਪਣੇ ਆਪ ਚ ਨਹੀਂ ਵਧੀਆ ਗੱਲ ਹੈ ਫੇਰ ਸਾਡੀ ਨਾਲ ਇੱਥੇ ਡੇਰੀ ਦਾ ਕੰਮ ਚੱਲਦਾ ਜੀ ਝਟਾਈ ਇੱਕ ਕੁਇੰਟਲ ਦੁੱਧ ਮੇਰਾ 60 ਰੁਪਏ ਸੇਲ ਹੁੰਦਾ ਜੀ گاਵਾں ਤੇ ਮੱਜਾਂ ਦਾ ਜੀ ਉਹਦੇ ਨਾਲ ਅਸੀਂ ਹਸਕੀ ਡੌਗ ਵਗੈਰਾ ਰੱਖੇ ਨੇ ਜਰਮਨ ਵੀ ਹੈਗੇ ਆ ਜੀ ਗੱਦੀ ਵੀ ਨੇ ਸਾਡੇ ਕੋਲ ਇੱਕ ਪੇਅਰ ਉਹਦੇ ਨਾਲ ਜਾਨਵਰ ਹੋਰ ਜਿਸ ਤਰ੍ਹਾਂ ਦੇਸੀ ਮੁਰਗੇ ਬੱਤਕਾਂ ਖਰਗੋਸ਼ ਚਕੋਰਾ ਇਹੋ ਜਿਹੇ ਜਾਨਵਰ ਰੱਖਣ ਦਾ ਸਾਨੂੰ ਸ਼ੌਕ ਹੈ ਜੀ ਸਰ ਹੁਣ ਮਲਟੀਪਲ ਫਾਰਮ ਬਣਾ ਕੇ ਰੱਖਿਆ ਹੋਇਆ ਜੀ ਹਾਂਜੀ ਨਹੀਂ ਬਹੁਤ ਵਧੀਆ ਕੰਮ ਹੈ ਜੀ ਬਾਕੀ ਸਵੇਰ ਇੱਥੇ ਆ ਜੀਦਾ ਜੀ 7 ਵਜੇ ਰਾਤ ਨੂੰ 9-10 ਵਜੇ ਜਾਈਦਾ ਹੈ ਫਿਰ ਵੀ ਰਹਿ ਇੱਥੇ ਹੁਣੇ ਨਾ ਕਰੇ ਇਹੋ ਜੀ ਸੰਗਤ 'ਚ ਬੈਠਦੇ ਆ ਨਹੀਂ ਬਹੁਤ ਵਧੀਆ ਵੀ ਜਿੱਥੇ ਦਿਮਾਗ ਕਿਸੇ ਹੋਰ ਸਾਈਡ ਨੂੰ ਜਾਵੇ ਅਲਚ ਵਧੀਆ ਗੱਲ ਹੈ ਜੀ ਤੁਸੀਂ ਆਦੇ ਬੇਟੇ ਨੂੰ ਇੱਥੇ ਲੈ ਕੇ ਟੱਚ ਰੱਖ ਦੋ ਇਸ ਚੀਜ਼ ਨਾਲ ਤਾਂ ਬਹੁਤ ਚੰਗੀ ਹੁੰਦੀ ਹੈ ਕਿਉਂਕਿ ਅੱਜ ਕੱਲ ਬਾਹਰ ਦਾ ਮਾਹੌਲ ਹੀ ਬਹੁਤ ਜ਼ਿਆਦਾ ਖਰਾਬ ਹੈ ਇਹਨੂੰ ਵੀ ਸ਼ੌਕ ਹੈ ਜੀ ਹੁਣ ਕੰਮ ਦਾ ਹਾਂ ਅੱਪੀ ਸ਼ੌਕ ਹੈ ਹੌਲੀ ਹੌਲੀ ਇੱਧਰ ਨੂੰ ਆ ਰਿਹਾ ਕਿਉਂਕਿ ਪਹਿਲਾਂ ਤਾਂ ਇਹ ਸਟੱਡੀ ਸੀਗਾ ਇਹਨੂੰ ਕਿਸੇ ਚੀਜ਼ ਦੀ ਵੀ ਨੌਲੇਜ ਨਹੀਂ ਸੀ ਇਹ ਸੈਕੰਡ ਕਲਾਸ 'ਚ ਦੇਰਾਦון ਚਲੇਗਾ ਸੀ ਕਰਨਲ ਬਲੌਂ ਸਕੂਲ ਜੀ ਇਹਦੀ ਸਟੱਡੀ ਉੱਥੋਂ ਦੀ ਆ ਜੀ ਉਸ ਤੋਂ ਚਲੋ ਆਪ ਥੋੜੀ ਜੀ ਸਿਹਤ ਨਾਲ ਠੀਕ ਹੋਣ ਕਰਨ ਇਹਦੀ ਮੈਰਿਜ ਥੋੜੀ ਜਲਦੀ ਕਰਤੀ ਹਾਂਜੀ ਚਲੋ ਹੁੰਦੇ ਆਪਣੇ ਘਰਾਂ ਅੰਦਰ ਜਾਈਏ ਹਾਂਜੀ ਫਿਰ ਆਰਗੈਨਿਕ ਖੇਤੀਲੇ ਪਾਸੇ ਵੀ ਜਾ ਰਹੇ ਹਾਂ ਆਰਗੈਨਿਕ ਖੇਤੀ ਮੈਂ ਜੀ 2 ਸਾਲ ਤੋਂ ਹੁਣ ਸ਼ੁਰੂ ਕੀਤੀ ਆ ਜਿਸ ਤਰ੍ਹਾਂ ਹਰ ਕਿਸੇ ਸਬਜ਼ੀ ਲਈ ਥੋੜੀ ਜੀ ਕਣਕ ਦੇਸੀ ਲਾਈ ਹੋਈ ਹੈ ਜੀ ਹੌਲੀ ਹੌਲੀ ਇਸ ਵਾਰ ਹਲਦੀ ਤੇ ਗੰਨਾ ਲਾਉਣ ਦੀ ਪ੍ਰੋਗਰਾਮ ਬਣਾਇਆ ਹੋਇਆ ਜੀ ਓਕੇ ਜਦੋਂ ਆਰਗੈਨਿਕ ਦੇ ਨਾਂ ਤੇ ਰਜਿਸਟਰਡ ਕਰਾ ਕੇ ਹੀ ਆਪਾਂ ਵਿਚਾਂਗੇ ਓਕੇ ਕਿਉਂਕਿ ਬਿਮਾਰੀਆਂ ਬਹੁਤ ਜਿਆਦੀਆਂ ਵਧੀਆਂ ਹੋਈਆਂ ਨੇ ਉਹਦੇ ਕਰਕੇ ਹੀ ਮਨ ਇੱਧਰ ਨੂੰ ਆਇਆ ਵੀ ਫਸਲ ਘੱਟ ਹੋਵੇ ਜਾਂ ਜ਼ਿਆਦਾ ਹੋਵੇ ਉਹ ਚ ਕੋਈ ਫਰਕ ਨਹੀਂ ਹੁੰਦਾ ਮਤਲਬ ਜਿਹੜੀ ਆਪਣੀ ਸਿਹਤ ਦਾ ਹੈਗਾ ਸਿਹਤ ਜ਼ਰੂਰੀ ਹੈ ਸਿਹਤ ਜ਼ਰੂਰੀ ਆ ਜੀ ਮਿਲਕ ਦੇ ਪ੍ਰੋਡਕਟਸ ਅੱਗੇ ਤੋਂ ਬਣਾ ਕੇ ਅਸੀਂ ਮਤਲਬ ਥੋੜੀ-ਥੋੜੀ ਉਹਨੂੰ ਸ਼ੁਰੂ ਕਰਾਂਗੇ ਜੀ ਓਕੇ ਅੱਗੇ ਤੋਂ ਕੰਮ ਵਧਾਉਣਾ ਹੀ ਆਪਾਂ ਨੇ ਅੱਗੇ ਤੋਂ ਕੰਮ ਵਧਾਉਣਾ ਹੀ ਆ ਜੀ ਇਹ ਚ ਚਾਹੀਦੀ ਵੀ ਜਿਹੜਾ ਪੇਸਟ ਇਹ ਨਾਲ ਟੱਚ ਨਹੀਂ ਸਪੈਸ਼ਲ ਤਾਂ ਫਿਰ ਆਪਾਂ ਨੂੰ ਇਹ ਚੀਜ਼ ਜ਼ਰੂਰੀ ਹੈ ਹਾਂਜੀ ਯਾਨੀ ਪ੍ਰੋਡਕਟ ਤੋਂ ਜ਼ਿਆਦਾ ਹੀ ਉਹ ਹੁੰਦਾ ਯਾ ਨਾ ਹੁੰਦਾ ਤੇ ਇਹ ਜੁਪੀ ਫਿਰ ਜ਼ਮੀਨ ਕਿੰਨੀ ਆਪਣੀ ਉਥੇ ਉਥੇ 22 1/2 ਬਾਈਕਲੇ ਜ਼ਮੀਨ ਆ ਜੀ ਆਪਣੇ ਕੋਲ ਮੁਜ਼ੱਫਰਨਗਰ ਚ ਓਕੇ ਉਥੇ ਫਿਰ ਕੀ ਫਸਲ ਵਗੈਰਾ ਹੁੰਦੀ ਹੈ ਉਥੇ ਗੰਨਾ ਝੋਨਾ ਜੀ ਫਸਲਾਂ ਸਾਰੀਆਂ ਹੁੰਦੀਆਂ ਪਾਣੀ ਬਹੁਤ ਚੰਗੇ ਨੇ ਓਕੇ ਇਧਰ ਆਪਣੇ ਪਾਣੀ ਇਧਰ ਨਾਲੋਂ ਵਧੀਆ ਉਥੇ ਉਥੇ ਇੱਕ ਨੰਬਰ ਪਾਣੀ ਆ ਜੀ ਹਾਂ ਜੀ ਪਾਣੀ ਉੱਚਾ ਚ ਕਿੰਨੇ ਕੁ ਫੁੱਟਾਂ ਹੀ ਪਾਣੀ ਉਥੇ ਤਾਂ ਸਾਰਾ 100 ਫੁੱਟ ਵਾਲੇ ਬੋਰ ਨੇ ਜੀ ਮੋਟਰਾਂ 5 5 ਦੀਆਂ 5 1/2 7 ਦੀ ਮੋਟਰਾਂ ਜੀ ਵੱਧ ਤੋਂ ਵੱਧ ਓਕੇ ਫਿਰ ਉਥੇ ਲੈਟ ਰੂਟ ਦਾ ਕੀ ਸਿਸਟਮ ਹੈ ਲਾਈਟ ਉਥੇ ਬਹੁਤ ਵਧੀਆ ਰਹ ਲਾਈਟ ਨਹੀਂ ਡ੍ਰਿਪ ਕਰਦੀ ਘਰ ਵਾਲੀ ਹੋ ਸਕਦੀ ਹੈ ਜੀ ਠੀਕ ਹੈ ਉੱਥੇ ਬਿੱਲ ਆਉਂਦੇ ਆ ਜੀ ਉੱਥੇ ਫਾਫਲਾ ਦੀ ਸੇਲ ਪਰਚੇਜ ਦੀ ਕੋਈ ਦਿੱਕਤ ਹੈ ਕਿ ਨਹੀਂ ਜੀ ਨਹੀਂ ਉੱਥੇ ਕੋਈ ਦਿੱਕਤ ਨਹੀਂ ਹੈ ਜੀ ਆਹ ਆਪਣੇ ਐਮਐਸਪੀ ਦੇ ਵੀ ਕੀ ਨਹੀਂ ਨਹੀਂ ਜਿਸ ਤਰ੍ਹਾਂ ਕਣਕ ਆ ਉਹ ਅਸੀਂ ਵਿਚਾਲੇੋਂ ਦਿੰਨੇ ਆ ਜੀ ਓਕੇ ਹਾਂ ਜੀ ਗੰਨਾ ਮਿਲ ਚ ਜਾਂਦਾ ਹੀ ਆ ਜੀ ਉਹ ਤਾਂ ਹੈਗੀ ਹੈਗੀ ਐਮਐਸਪੀ ਸਾਰੀ ਕੁਝ ਕ੍ਰੈਸ਼ਰਾਂ ਦੇ ਵਿੱਚ ਲੇ ਜਾਂਦਾ ਝੋਨੇ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਉਹ ਕਈ ਵਾਰੀ ਕਰਮਾਲ ਕਰਨੂ ਰਿ ਵਿਚਣਾ ਪੈਂਦਾ ਜਿਸ ਤਰ੍ਹਾਂ 1500 ਨੋਆ ਜਾਂ ਕੁਝ ਬਸ ਅਸੀਂ ਤਾਂ ਇਹੀ ਕੰਨੇ ਆ ਜੀ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਕੋਈ ਨਾ ਕੋਈ ਰੁਝਾਨ ਹੋਣਾ ਚਾਹੀਦਾ ਹੈ ਜਿਹੜੇ ਉਧਰੋਂ ਛੱਡ ਕੇ ਇੱਧਰ ਨੂੰ ਆਉਣ ਕੋਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਜਿਵੇਂ ਪਠਾਨ ਮਾਜਰਾ ਸਾਹਿਬ ਨੇ ਹੁਣ ਪੋਸਤਿਕ ਖੇਤੀ ਤੇ ਕੀਤੀਆਂ ਗੱਲਾਂ ਉਹਨਾਂ ਨੇ ਕੀਤੀ ਸੀ ਇਹ ਗੱਲ ਵਿਧਾਨ ਸਭਾ 'ਚ ਹੁਣ ਸਾਡੀ ਆਪਣੀ ਸੋਚ ਆ ਵੀ ਜੇ ਪੋਸਤਿਕ ਖੇਤੀ ਥੋੜੀ ਬਹੁਤੀ ਹੋਣ ਲੱਗ ਜਾਈ ਤਾਂ ਜਿੰਨਾ ਸਿੰਥੈਟਿਕ ਨਸ਼ਾ ਹੈ ਉਹ ਖਤਮ ਹੋ ਜਾਊਗਾ ਤੇ ਜਵਾਨੀ ਬਰਬਾਦ ਨਾ ਹੋਊਗੀ ਬਹੁਤ ਜ਼ਿਆਦਾ ਜੀ ਹੁਣ ਤਾਂ ਇਹ ਮਤਵ ਬਹੁਤ ਹੋਣ ਲੱਗ ਗਿਆ ਬਹੁਤ ਜ਼ਿਆਦਾ ਕਿਉਂਕਿ ਅੱਗੇ ਜਿੰਨੇ ਬਜ਼ੁਰਗ ਜਾਂ ਦੂਜੇ ਤੀਜੇ ਪੋਸਟ ਵਗੈਰਾ ਜਾਂ ਫੀਮ ਖਾਂਦੇ ਸੀ ਉਹ ਕੰਮ ਕਰਦੇ ਸੀ ਕੰਮ ਕਰਦੇ ਸੀ ਸਹੀ ਗੱਲ ਹੈ ਜੀ ਹਾਂਜੀ ਹੁਣ ਜਿਹੜਾ ਸੰਤਟਿਕ ਨਸ਼ਾ ਜਦੋਂ ਵੱਧ ਘੱਟ ਹੋ ਜਾਂਦਾ ਉਹ ਤਾਂ ਮੌਤ ਹੀ ਆ ਮੌਤ ਹੀ ਆ ਜੀ ਇੱਕ ਪਹਿਲਾਂ ਨਾ ਫੀਮ ਭੁੱਕੀ ਨਾਲ ਕੋਈ ਬੰਦਾ ਮਰਦਾ ਨਹੀਂ ਸੀ ਮਰਦਾ ਨਹੀਂ ਸੀ ਤੇ ਰਿਸ਼ੁਹਾਈ ਨਹੀਂ ਸੀ ਇਹਨਾਂ ਨੇ ਜਿਹੜੀ ਆ ਹੁਣ ਬਜਟ 'ਚ ਇਹ ਗੱਲ ਚਲਾਈ ਆ ਹਾਂਜੀ ਦੇਖੋ ਅਸੀਂ ਤਾਂ ਉਹਦੀ ਤਾਰੀਫ ਕਰਦੇ ਆ ਅੱਗੇ ਕਰਨਾ ਸਰਕਾਰਾਂ ਨੇ ਆ ਜੀ ਜਿਹੜੀ ਚੀਜ਼ ਹੈ ਤਾਰੀਫ ਕਰਨ ਦੇ ਲੈ ਕੇ ਤਾਂ ਆਪਾਂ ਨੂੰ ਕੋਈ ਹਰਜ ਵੀ ਨਹੀਂ ਹੈ ਨਾ ਜੀ ਉਹਨੂੰ ਕਰਨਾ ਚਾਹੀਦਾ ਚੰਗੀ ਚੀਜ਼ ਨੂੰ ਚੰਗਾ ਕਹਿਣੇ ਪਊ ਜੀ ਵੀ ਜੇ ਸਪੱਸ਼ ਸਰਕਾਰ ਆਉਂਦੀ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਹੀ ਜਿਹੜੀ ਗੱਲ ਹੁੰਦੀ ਹੈ ਉਹਦੀ ਤਾਰੀਫ਼ ਵੀ ਕਰਨੀ ਬਣਦੀ ਹੈ ਬੇਸ਼ੱਕ ਅਸੀਂ ਇਹ ਕਰ ਲਈਆਂ ਪਰ ਸਾਨੂੰ ਫਿਰ ਵੀ ਉਹਨਾਂ ਦੀ ਗੱਲ ਸਹੀ ਲੱਗੀ ਅਸੀਂ ਉਹਦੀ ਤਾਰੀਫ਼ ਕਰਦੇ ਹਾਂ ਨਹੀਂ ਚਾਹੀਦੇ ਵੀ ਕੁਝ ਚੀਜ਼ਾਂ ਸਰਕਾਰਾਂ ਤੋਂ ਉੱਪਰ ਹਟ ਕੇ ਵੀ ਆਪਾਂ ਨੂੰ ਕਰਨੀ ਚਾਹੀਦੀਆਂ ਆਗਿਆ ਪਾਰਟੀਆਂ ਤੋਂ ਕਿਉਂਕਿ ਜਿਹੜੀਆਂ ਸਹੀ ਆ ਉਹ ਤਾਂ ਕਹਿਣੇ ਪੈਣਾ ਸਹੀ ਵੀ ਜਿਹੜਾ ਬੇਟੇ ਨੂੰ ਵੀ ਇਹਨਾਂ ਨੂੰ ਇੰਨਾਕ ਸ਼ੌਂਕ ਆ ਦੇਖੋ ਪ੍ਰਾਤਨ ਬਿਲਡਿੰਗਾਂ ਨਾਲ ਜੁੜਨ ਦਾ ਜਿਹੜਾ ਇਹਨਾਂ ਨੇ ਆ ਕਮਰਾ ਪਾਇਆ ਹੋਇਆ ਨਾ ਇਹ ਸਾਰਾ ਕੱਚੀਆਂ ਇੱਟਾਂ ਤੇ ਪਾਇਆ ਹੋਇਆ ਹੈ ਤੇ ਇਹ ਫਿਰ ਐਂਕਲ ਜਿਹੜੀਆਂ ਕੱਚੀਆਂ ਇੱਟਾਂ ਲੈਣੀਆਂ ਫਿਰ ਕਿੱਥੋਂ ਇਹ ਪੱਠੇ ਵਾਲਾਂ ਤੋਂ ਉਹਨਾਂ ਦਾ ਕਾਫੀ ਫੈਮਿਲੀ ਰਿਲੇਸ਼ਨ ਹੈ ਜੀ। ਜੈਸੇ ਕੋਈ ਵੀ ਆਪਾਂ ਨੂੰ ਪੜ੍ਹ ਵੈਸੇ ਤਾਂ ਹਾਂ ਜ ਮਾੜੀ ਮੰਨਦੇ ਦਿੰਦੇ ਨਹੀਂ। ਕੱਚੇ ਦਿੰਦੇ ਨਹੀਂ ਜੀ। ਕੱਚੇ ਹੀ ਰੱਖ ਦਿੰਦੇ ਨਹੀਂ। ਕਿ ਫੈਮਿਲੀ ਰਿਲੇਸ਼ਨ ਹੋਣ ਕਰਕੇ ਉਹਨਾਂ ਨੇ ਆਪਾਂ ਨੂੰ ਦਿੱਤਾ ਜੀ। ਤਾਂ ਬਹੁਤ ਅੱਗੇ ਤਿਆਰ ਕੀਤਾ ਗਿਆ। ਲਿਪਲੁਪ ਕਾ ਆਪ ਹੀ ਰੱਖਿਆ ਅਸਲ। ਲਿਪਲੁਪ ਜੀ ਆਪ ਹੀ ਕਰ ਲੈ। ਚਲੋ ਬਹੁਤ ਚੰਗੀਆਂ ਲਈਏ ਵੀ ਸ਼ੌਂਕ ਚਾਹੀਦਾ ਹੈ ਨਾ। ਇਹ ਸ਼ੌਂਕ ਆਪਣੇ ਕੰਮ ਅੱਗੇ ਨੂੰ ਬਤਾਉਣਾ ਜੀ ਆਪਾਂ ਥੋੜਾ ਸਾਈਡ ਨੂੰ ਕਰਕੇ ਨਾ। ਹੁਣ ਹੌਲੀ-ਹੌਲੀ ਫਾਰਮ ਨੂੰ ਬਤਾਵਾਂਗੇ। ਉਹਦੇ ਵਿੱਚ ਮੇਰੀ ਸਲਾਹ ਜਿਹੜਾ ਸਟੱਡ ਵਾਲੇ ਘੋੜੇ ਵਗੈ ਕਰਨਾ ਜਾ ਰਹੇ ਜੀ ਉਹਨਾਂ ਨੂੰ ਨਹੀਂ ਚਾਹੀਦਾ ਵੀ ਵੀਰੇ ਜਰੂਰੀ ਪਤਾ ਕੀ ਹੁਣ ਬਾਕੀ ਇਹ ਚੀਜ਼ ਦਾ ਦੁਬਾਰਾ ਟ੍ਰੈਂਡ ਫੇਰ ਆ ਗਿਆ ਜੀ ਟ੍ਰੈਂਡ ਆ ਗਿਆ ਜੀ ਰੀਨਵੈਂਟਿੰਗ ਸਭ ਕਰ ਰਹੇ ਨੇ ਜੀ ਹਾਂ ਕਰ ਰਹੇ ਕੁਝ ਫਾਇਦੇਦਾਰ ਵੀ ਸੋਣ ਆਪਾਂ ਇਸ ਕਮਰੇ ਚ ਬੈਠੇ ਬਾਹਰ ਤੋਂ ਬਹੁਤ ਠਿੱਕੀ ਆ ਜੀ ਸਾਡੀ ਨੂ ਰਾਨੀ ਨੂੰ ਬਹੁਤ ਸ਼ੌਕ ਆ ਜੀ ਅੱਛਾ ਪ੍ਰਾਥਮ ਬਿਲਡਿੰਗ ਦਾ ਹਾਂ ਜੀ ਉਹ ਬੇਸਨ ਟੱਚ ਨੇ ਹਾਂ ਜੀ ਠੀਕ ਹੈ ਉਹ ਜਿਹੜੀ ਵੀ ਉਹਨੂੰ ਕੋਈ ਪੁਰਾਣੀ ਚੀਜ਼ ਕਿਤੇ ਵੀ ਮਿਲਦੀ ਆ ਜੀ ਉਹ ਲਿਆਉਂਦੀ ਆ ਘਰ ਓਕੇ ਤੇ ਸ਼ੌਕ ਵੀ ਉਹਨੂੰ ਮਤਲਬ ਫਾਰਮ ਤੇ ਵੀ ਉਹ ਕਾਫੀ ਟਾਈਮ ਲਾ ਕੇ ਜਾਂਦੀ ਆ ਓਕੇ ਓਕੇ ਹਾਂ ਜੀ ਨਹੀਂ ਅੱਜ ਹਾਂ ਇਧਰ ਵਾਸ ਆਉਂਦੇ ਨਹੀਂ ਹੈਗੇ ਪਰ ਉਹਨੂੰ ਬਹੁਤ ਜ਼ਿਆਦਾ ਸ਼ੌਕ ਹੈ ਜਿਆਦਾ ਜਿਆਦਾ ਸਟੱਡੀ ਕੀਤੀ ਜਾਓ ਤੇ ਜਾਂ ਫਿਰ ਬਾਹਰ ਨੂੰ ਵਸੇ ਜਿੰਦੋਈ ਰਹੀਆਂ ਜੀ ਉਹਨਾਂ ਦੀ ਸਟੱਡੀ ਕੀ ਹੈ ਫਿਰ ਸਟੱਡੀ ਉਹ ਵੀ ਕਰ ਰਹੇ ਨੇ ਜੀ ਜੀ ਕਰ ਰਹੇ ਨੇ ਫਾਕੀ ਤੁਸੀਂ ਟਾਈਮ ਕੱਢ ਕੇ ਆਏ ਹੋ ਨਹੀਂ ਨਹੀਂ ਥੋੜਾ ਜੀ ਧੰਨਵਾਦ ਕਰਦੇ ਆ ਧੰਨਵਾਦੀ ਤੁਹਾਨੂੰ ਸਾਡਾ